ਦੁੱਲੇ ਲਈ 5-5 ਹਜ਼ਾਰ ਰੁਪਇਆ ਡਾਕਟਰ ਸਾਹਿਬ ਨੋਟ ਕਰ ਦਿਓ ਇੱਧਰ। ਤੇ ਅਸੀਂ ਦਿਲੋਂ ਇਹ ਅਰਦਾਸ ਕਰਦੇ ਹਾਂ ਵੀ ਚੱਠਾ ਸਾਹਿਬ ਦੀ ਜਿਹੜੀ ਸਿਹਤ ਹੈ ਵਾਹਿਗੁਰੂ ਠੀਕ ਰੱਖੇ, ਤੇ ਇਸੇ ਤਰ੍ਹਾਂ ਸਾਡੀ ਖੇਡ ਕਬੱਡੀ ਦੀ ਇਹ ਸੇਵਾ ਕਰਦੇ ਰਹਿਣ, ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ। ਆਓ ਸੰਦੀਪ ਲੁੱਧਰ ਮੇਰੇ ਵੀਰੋ, ਕਿਉਂਕਿ 50 ਸਾਲ ਮੇਰੇ ਵੀਰੋ ਇਸ ਖੇਡ ਕਬੱਡੀ ਦੇ ਲੇਖੇ ਲਾਏ ਹੈ, ਕਿਸੇ ਤੋਂ 5 ਮਿੰਟ ਨਹੀਂ ਮੇਰੇ ਵੀਰੋ ਕੱਢੇ ਜਾਂਦੇ। 50 ਸਾਲ ਆਪਦੇ ਬਿਜਨਸ ਵੱਲ ਕਦੇ ਝਾਕ ਕੇ ਨਹੀਂ ਵੇਖਿਆ, ਇਹ ਹੈ ਮੇਰੇ ਵੀਰੋ ਕਬੱਡੀ ਦਾ ਜਨੂਨ। ਆਓ ਆਉਂਦਾ ਸੰਦੀਪ ਲੁੱਧਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਬਲਵੀਰ ਸਿੰਘ ਨਿਊਜ਼ੀਲੈਂਡ ਵਾਲੇ ਐਵੇਂ ਨਹੀਂ ਮਾਰ ਤਾਜ਼ਾ ਕਾਲੀ ਸੰਘਿਆ ਦਾ ਮੇਰੇ ਪੰਜਾਬੀ ਵੀਰੋ ਬਲਵੀਰ ਨਿਊਜ਼ੀਲੈਂਡ ਵਾਲਿਆਂ ਦਾ ਭਾਣਜਾ ਇਸ ਵੇਲੇ ਲਓ ਖੇਡ ਮੈਦਾਨ ਦੇ ਵਿੱਚ ਤਾਜ਼ਾ ਕਾਲੇ ਸੰਘਿਆ ਵਾਲਾ ਮੇਰੇ ਵੀਰੋ ਆਓ ਸੰਦੀਪ ਨੰਗਲ ਪੀਆਂ ਵਾਲਾ। ਵਾਹ ਉੱਠੋ ਜਵਾਨਾ, ਸਿਰਾ ਹੋ ਗਿਆ ਸਿਰਾ ਹੋ ਗਿਆ ਜਲਾਲ ਵਾਲਿਆ, ਆਹ ਤਾਂ ਨਜ਼ਾਰੇ ਵੱਜੇ ਪਏ ਆ, ਨਜ਼ਾਰਾ ਆ ਗਿਆ ਮਹੀਮ ਦੇ ਕਬੱਡੀ ਕੱਪ ਦਾ। ਅਸੀਂ ਵੀ ਮਾਲਵੇ ਦੇ ਵਿੱਚ ਬਹੁਤ ਬੋਲਿਆ ਵੀ ਮਹੀਮ ਕਬੱਡੀ ਕੱਪ ਹੋਣਾ ਹੈ ਜਿਹਦੇ ਮੈਚ ਵੇਖਣ ਯੋਗ ਹੋਣਗੇ। ਹੁਣ ਤੇ ਸਿਰੇ ਦਾ ਮੇਰੇ ਵੀਰੋ ਜਿਹੜੇ ਮੈਚ ਦਾ ਇੰਤਜ਼ਾਰ ਸੀ ਉਹ ਚੱਲ ਰਿਹਾ, ਸੁਪਰ ਫਾਈਨਲ ਹੈ, ਮਾਝੇ ਦੀ ਧਰਤੀ ਦਾ ਮਜੈਲ ਕਬੱਡੀ ਪਾ ਰਿਹਾ, ਤੇ ਦੂਜੇ ਪਾਸੇ ਮਾਲਵੇ ਵਾਲਾ ਕੌਕਿਆਂ ਵਾਲਾ ਕਹਿੰਦੇ ਅਮਨਾ, ਤੇ ਨੌਜਵਾਨ ਮੱਖਣ ਸੰਧੀ ਮੱਖੂ ਕਲਾਂ ਦਾ ਮੱਖੀ ਕਲਾਂ ਪਿੰਡ ਦਾ ਮੱਖਣ ਸੰਧੂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਲਓ ਗਲੀ ਕਬੱਡੀ ਇਸ ਵੇਲੇ ਮੇਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਵਿੱਚ ਆ, ਲਓ ਕੱਪ ਪਾਉਣ ਵਾਸਤੇ ਅੱਗੇ ਰੁਕਿਆ, ਤਿੰਨਾਂ ਦੀ ਕਬੱਡੀ ਆ, ਤਿੰਨਾਂ ਰੇਡਰਾਂ ਦੇ ਲਈ ਤੇ ਸਾਰੇ ਜਾਫੀਆਂ ਦੇ ਲਈ। ਨਾਜ਼ਰ ਸੋਤਾ ਜੀ ਇੱਕ 1000 ਰੁਪਇਆ ਪੁੱਜਦਾ ਕਰਦੇ ਆ, ਬਹੁਤ ਬਹੁਤ ਧੰਨਵਾਦ ਕਰਦੇ ਆ। ਆਓ ਖੇਡ ਮੈਦਾਨ ਦੇ ਵਿੱਚ ਕਮਲ ਨਵੇਂ ਪਿੰਡ ਦੋਨੇ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਮਲ ਨਵੇਂ ਪਿੰਡ ਦੋਨੇ ਵਾਲਾ। ਚੱਲ ਵੀ ਤੁਲਿਆ ਪਾ ਵੀ ਕਬੱਡੀ, ਉਹ ਜੇ ਤੁਲੇ ਦੀ ਖੇਡ ਨੂੰ ਪਿਆਰ ਕਰਦੇ ਹੋ ਮਾਰੋ ਲਲਕਾਰਾ ਮਹੀਮ ਵਾਲੇ। ਗੱਲ ਨਹੀਂ ਹੁਣ ਬਣਦੀ, ਤੁਹਾਡੇ ਵੀ ਹੈੱਡ ਬਹਿ ਗਏ, ਹੁਣ ਪਹਿਲਾਂ ਤੁਸੀਂ ਵੀ ਲਲਕਾਰੇ ਬਹੁਤ ਮਾਰੇ ਹੈ ਪਰ ਹੁਣ ਤੁਹਾਡੇ ਹੈੱਡ ਬਹਿ ਗਏ। ਲਓ ਖੇਡ ਮੈਦਾਨ ਦੇ ਵਿੱਚ 4 ਜਾਫੀ ਮੇਰੇ ਵੀਰੋ, ਸ਼ੀਰਾ ਆਲਖ ਜੀ, ਰਣਜੀਤ ਢੰਡਾ ਜੀ, ਮਾਣ ਕਰਦੇ ਆ ਸ਼ਾਹਗੁੜ ਦੀ ਟੀਮ ਦਾ, ਪਰ ਵੇਖਦਾ ਖੇਡ ਮੈਦਾਨ ਦੇ ਵਿੱਚ ਦੁੱਲਾ ਬੱਗਿਆਂ ਵਾਲਾ। ਚੱਲ ਵੀ ਸੰਦੀਪ ਸਿੰਘ ਤਾਂ ਕਬੱਡੀ ਨੌਜਵਾਨ ਹੈ, ਲਾਲ ਰੰਗ ਦੀ ਨਿਕਰ ਕਹਿੰਦੇ ਖਤਰੇ ਦੀ ਨਿਸ਼ਾਨੀ ਹੁੰਦਾ ਲਾਲ ਰੰਗ। ਰੁਪਿੰਦਰ ਜਲਾਲ ਦਰਸ਼ਕਾਂ ਨੂੰ ਪੁੱਛ ਜਰਾ ਯਾਗਦੇ ਆ ਲਲਕਾਰੇ ਦਾ ਮਾਰੋ ਦੋ। ਹਾਂਜੀ ਹਾਂ, ਉਹ ਜੇ ਮਹੀਮਾਂ ਦੇ ਕਬੱਡੀ ਕੱਪ ਦਾ ਸਵਾਦ ਆ ਗਿਆ ਦਰਸ਼ਕ ਵੀਰੋ ਦਿਲੋਂ ਲਲਕਾਰਾ ਮਾਰ ਕੇ ਸਵਾਦ ਆ ਰਿਹਾ। ਨਹੀਂ ਇਹ ਐਨ ਸਿਰਾ ਹੋਇਆ ਪਿਆ ਜਲਾਲ ਵਾਲਿਆ। ਡਾਕਟਰ ਸਾਹਿਬ ਪਤਾ ਕੀ ਗੱਲ ਹੈ, ਇਹਨਾਂ ਨੂੰ ਗੋਵਿੰਦੇ ਦੇ ਡਾਇਲੌਗ ਨਹੀਂ ਚੰਗੇ ਲੱਗਦੇ, ਇਹਨਾਂ ਨੂੰ ਵੀ ਘਸੁੰਨ ਸਨੀ ਦਿਓਲ ਦਾ ਚੰਗਾ ਲੱਗਦਾ, ਜਦੋਂ ਕੋਈ ਤਕੜਾ ਜੱਫਾ ਲੱਗਦਾ ਫੇਰ ਹੀ ਇਹ ਲਲਕਾਰਾ ਮਾਰਦੇ ਹੈ। ਆਓ ਸੰਦੀਪ ਲੁੱਧਰ ਪੁਆਇੰਟ ਲੈ ਕੇ ਵਾਪਸ ਗਿਆ, ਤੇ ਦੂਜੇ ਪਾਸੇ ਤਾਜ਼ਾ ਕਾਲੇ ਸੰਘਿਆ ਵਾਲਾ। ਲਓ ਤਾਜ਼ਾ ਇਸ ਵੇਲੇ ਕਬੱਡੀ ਖੇਡ ਮੈਦਾਨ ਵਿੱਚ 4 ਜਾਫੀ ਕਹਿੰਦੇ ਵੀ ਸਿਰੇ ਦੀ ਜਾਫ ਲੈਣਾ ਹੈ, ਪਰਲੀ ਸਾਈਡ ਗਲੈਡੀਏਟਰ ਹੈ ਅਮਨਾ ਕੌਂਕਿਆਂ ਦਾ ਵੀ ਤਿਆਰ ਹੈ ਕਿ ਪੁੱਤ ਸੰਧੂਆ ਦਾ ਜੱਗ ਤੇ ਨਾਮ ਪੂਰਾ ਜੱਗ ਵਿੱਚ ਟੌਰ ਬਣਾਈ ਜਿਹਨੇ ਨੰਗਲ ਅੰਬੀਆਂ ਦਾ ਸੰਦੀਪ ਹੈ। ਪਰ ਪੁਆਇੰਟ ਬਲਵੀਰ ਸਿੰਘ ਨਿਊਜ਼ੀਲੈਂਡ ਵਾਲਿਆਂ ਦਾ ਭਾਣਜਾ ਲਓ ਇਸ ਵੇਲੇ ਅੰਕ ਪ੍ਰਾਪਤ ਕਰਦਾ ਹੋਇਆ। ਤਾਜੇ ਨੇ ਕਹਿੰਦੇ ਵੀ ਪੁਆਇੰਟ ਜੋੜ ਲਿਆ ਆਪਣੀ ਟੀਮ ਦੇ ਹਿੱਸੇ ਵਾਸਤੇ। ਆ ਕਬੱਡੀ ਦਾ ਪ੍ਰਿੰਸ ਮੇਰੇ ਵੀਰੋ ਮਾਰਦਾ ਲਲਕਾਰਾ ਖੁਸ਼ੀ ਦੇ ਵਾਸਤੇ, ਇਹ ਆ ਖੁਸ਼ੀ ਕਬੱਡੀ ਪ੍ਰਿੰਸ ਹੈ। ਲੈ ਵੀ ਜਲਾਲ ਵਾਲਿਆ ਅਗਲੀ ਕਬੱਡੀ ਮੱਖਣ ਸੰਧੂ ਨੇ ਪਾਈ। ਕਹਿੰਦੇ ਰੇਡਰ ਬੜਾ ਦਿਮਾਗੀ ਆ ਮੇਰੇ ਵੀਰੋ, ਬੜਾ ਦਿਮਾਗ ਲਾਉਂਦਾ ਜਦੋਂ ਕਬੱਡੀ ਪਾਉਂਦਾ ਹੈ, ਜਾਨ ਵੀ ਹੈ ਤੇ ਦਿਮਾਗ ਵੀ ਹੈ ਮੇਰੇ ਵੀਰੋ। ਆਹ ਸਾਹਮਣੇ ਵੇਖਣਾ ਦਿਸ਼ਾ ਚੱਕਾਂ ਵਾਲਾ, ਪਰ ਪੁਆਇੰਟ ਜਿਹੜਾ ਹੈ ਇਹ ਮੱਖਣ ਸੰਧੂ ਮੱਖੀ ਕਲਾ ਪਿੰਡ ਮਾਝੇ ਦੀ ਧਰਤੀ ਜਿਹੜਾ ਤਰਨ ਤਾਰਨ ਇਹ ਸੁਣਾ ਜਾਂਦਾ ਹੈ। ਲੈ ਵੀ ਹਰਵਿੰਦਰ ਸਿਰੇ ਦੇ ਮੈਚ ਹੋਏ ਹੈ, ਚੱਠਾ ਸਾਹਿਬ ਬਹੁਤ ਬਹੁਤ ਧੰਨਵਾਦ ਹੈ। ਇਹ ਇਹ ਕਹਿੰਦੇ ਕਾਫਲਾ ਦਾ ਜਿਹੜਾ ਹੈ ਇਹ 23 ਮਾਰਚ ਤੱਕ ਚੱਲਣਾ ਮੇਰੇ ਵੀਰੋ, ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਫਿਰ ਜਾ ਕੇ ਸਮਾਪਤੀ ਹੋਣੀ ਹੈ, ਸਮਾਪਤੀ ਤੇ ਪੰਜਾਬ ਵਾਲੇ ਮੈਚਾਂ ਦੀ ਹੋਣੀ ਹੈ, ਫਿਰ ਵਿਦੇਸ਼ਾਂ ਵਾਲੇ ਸ਼ੁਰੂ ਹੋ ਜਾਣੇ ਹੈ। ਆਓ ਸਾਹਮਣੇ ਵੇਖਦਾ ਉੱਡਣਾ ਕਾਲੀ ਸਿੰਘਾਂ ਵਾਲਾ ਮਨਜਿੰਦਰ ਸਿੰਘ ਉੱਡਣਾ ਲਾ ਤੱਕ। ਬਾਗੜੀਆ ਸਾਹਿਬ ਕਿੰਨੇ ਜਫੇ ਲੱਗਿਆ ਸਾਰੇ ਇਸ ਮੈਚ ਦੇ ਵਿੱਚ, ਪਹਿਲਾਂ 24 ਦਾ ਰਿਕਾਰਡ ਹੈ, 17 ਜਫੇ ਹੁਣ ਤੱਕ ਲੱਗੇ ਮੇਰੇ ਵੀਰੋ, 17 ਜਫੇ ਕਹਿੰਦੇ ਹੁਣ ਤੱਕ ਇਸ ਮੈਚ ਦੇ ਵਿੱਚ ਲੱਗੇ ਹੈ। ਪਰ ਅੱਜ ਦਾ ਜਿਹੜਾ
बाबा फुटा जी क्लब रमदास ते बाबा भाई साधु कबड्डी क्लब रुड़के का मैच होया सी, उहदे विच 24 जफ्फे लगे सन। वो लास्ट वारी ललकारा मरोना, सारा जोर ला दे जो साहब आया। वाह सुहा आ नजारे वजे पाए जलाल वाले आ। लो कबड्डी का वड्डा मालिश मिले लुद्दड़ वाला, लुद्दड़ कबड्डी पा रहा। लो संदीप लुद्दड़ की कबड्डी है, खुशी भी तैयार है। कबड्डी का प्रिंस तड़बे का खुशी लाओ, इस वेले दुग्गा वाला खुशी है, डकण का प्रयास कर रहा है। कबड्डी का बड़ा मल है, हर जो पासे इतली साइड देखते हैं भी ये जो अंक है, ये जो पॉइंट है। कबड्डी एक एक कबड्डी दोनों साइडों तो पहुगी। लाल लास्ट कबड्डी कहना, उस वे दशमेश एनआरआई कैलिफोर्निया नकोदर की पै चुकी है। आओ सामने चार नंगलंबिया वाला खड़ा मेरे पंजाबी वीरों, ते वेखना हर जी भी कैमरे वाले पासे देखी कितने कोई जा जाती ना हो जाए, क्योंकि इन्हों का जाना कख नहीं तेरा रहना। पॉइंट सुन के जायो वीर जी, रुक जाओ एक मिनट, पॉइंट सुन के जायो। लो जो पॉइंट बहुत बढ़िया पॉइंट है, दोनों टीमों को बधाई है जिन्होंने फाइनल खेडे जीता हारा बनती है। दस दिए सुखचैन दा कबड्डी क्लब शाहकोट ते 25 पॉइंट समापन समारोह शुरू होने जा रहा, पटाके इस गल का प्रतख सबूत संपूर्ण हो गया, बहुत ही बढ़िया तरीके नाल इहनूं नेपरे चाढ़िया गया। डॉक्टर साहब सवेरे ठंड भी जा रहे थे, हुण ठंड भी थोड़ी घट गई है। साडा जिहड़ा यूथ ब्रिगेड आ, निशान सिंह हुणी, निंदे हुणी, राजे हुणी, ਉਹਨਾਂ ਨੂੰ ਇਸ ਮੇਲੇ ਦਾ ਚਾਅ ਹੀ ਇੰਨਾ ਹੁੰਦਾ ਤੇ ਉਹ ਬਾਅਦ ਵਿੱਚ ਕਹਿੰਦੇ ਵੇ ਅਸੀਂ ਲੈ ਵੀ ਸੇਵਾ ਕਰਾਂ, ਜਿਹੜਾ ਚਾਅ ਆ ਉਹ ਪਟਾਕਿਆਂ ਦੇ ਵੀ ਕੈਮਰਾ ਮਾਰਦੇ ਪੂਰਾ ਕਰਨਾ ਹੈ, ਪਟਾਕਿਆਂ ਦੇ ਬਹੁਤ ਬਹੁਤ ਧੰਨਵਾਦ ਪਟਾਕੇ ਚੱਲ ਮੇਵਾ ਵਿੱਚ ਮਾਘੀ ਵੀ ਅੱਜ ਆ ਤੇ ਦੀਵਾਲੀ ਵੀ ਅੱਜ ਆ। ਬਹੁਤ ਬਹੁਤ ਧੰਨਵਾਦ ਸਮੁੱਚੇ ਪ੍ਰਬੰਧਕਾਂ ਦਾ, ਬਾਬਾ ਜੀ ਇਸੇ ਤਰ੍ਹਾਂ ਸਭ ਤੇ ਮਿਹਰ ਕਰਨ। ਹਾਂਜੀ ਮੈਂ ਉੱਪਰ ਆ ਲੈ ਲਓ ਮਾਈਕ, ਤੁਸੀਂ ਲੈ ਲਓ ਡਾਕਟਰ ਸਾਹਿਬ ਮਾਈਕ ਲੈ। ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਉਪਿੰਦਰ ਜਲਾਲ ਜੀ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਇਸ ਮਾਘੀ ਮੇਲੇ ਨੂੰ ਦੇ ਕੇ। ਇਹ ਮਾਘੀ ਮੇਲਾ ਬਹੁਤ ਹੀ ਸੁਚੱਜੇ ਤਰੀਕੇ ਨਾਲ ਸੰਪੂਰਨ ਕੀਤਾ, ਬੜਾ ਖੁਸ਼ੀਆਂ ਦਾ ਦਿਨ ਆ, ਦਿਲ ਬਾਗੋ ਬਾਗ ਹੋ ਗਿਆ। ਅੱਜ ਕਬੱਡੀ ਦੇ ਪੰਜਾਬ ਦੇ ਸਾਰੇ ਸਿਤਾਰੇ ਇੱਥੇ ਇਸ ਕਬੱਡੀ ਦੇ ਸਮਾਨ ਤੇ ਪਿੰਡ ਮੇਵਾ ਵਿੱਚ ਚਮਕੇ ਆ। ਵਾਹ ਕਿਆ ਬਾਤ ਆਇਆ, ਕਿਆ ਬਾਤ ਆਇਆ, ਪਟਾਕਿਆਂ ਦਾ ਵੀ ਕੁਛ ਨਜ਼ਾਰਾ ਵੱਖਰਾ ਹੋ ਗਿਆ ਆ। ਕਦੇ ਕਦੇ ਉੱਪਰ ਨੂੰ ਚੱਲਦੇ ਹੁੰਦੇ ਕਬੱਡੀ, ਡਾਕਟਰ ਸਾਹਿਬ ਪਟਾਕੇ ਪਏ ਆ, ਸੁੱਥਣਾ ਵੱਲ ਨੂੰ ਵੀ ਚੱਲ ਜਾਂਦੇ ਆ, ਹੁਣ ਇਹਨਾਂ ਨੇ ਦਰਸ਼ਕਾਂ ਦੇ ਪਟਾਕੇ ਪਾ ਦੇਣੇ ਆ। ਹਰ ਜਾਓ ਪਾਸੇ ਮੇਰੇ ਵੀਰੋ, ਕਿਆ ਬਾਤ ਆਇਆ। 75ਵਾਂ ਬਾਬਾ ਭਾਈ ਖਜਾਨ ਸਿੰਘ ਯਾਦਗਾਰੀ ਖੇਡ ਮੇਲਾ ਆਪਣੇ ਬਹੁ ਪੱਖੀ ਰੰਗ ਬਖੇਰਦਾ ਹੋਇਆ ਸਮਾਪਨ ਹੋਣ ਜਾ ਰਿਹਾ ਆ, ਤੇ ਹੁਣ ਥੋੜੇ ਹੀ ਸਮੇਂ ਤੱਕ ਇਨਾਮਾਂ ਦੀ ਵੰਡ ਸ਼ੁਰੂ ਹੋ ਜਾਣੀ ਆ। ਜਦੋਂ ਹੀ ਆ ਪਟਾਕਿਆਂ ਦਾ ਦੌਰ ਖਤਮ ਹੋ ਜਾਵੇ ਤਾਂ ਸਾਨੂੰ ਇੱਧਰੋਂ ਦੱਸ ਦਈਓ ਵੀ ਹੁਣ ਪਟਾਕਿਆਂ ਦਾ ਦੌਰ ਖਤਮ ਹੋ ਗਿਆ, ਤੇ ਅਸੀਂ ਇੱਧਰੋਂ ਨਾਂ ਅਨਾਊਂਸ ਕਰਨੇ ਸ਼ੁਰੂ ਕਰੀਏ। ਵਾਹ ਕਿਆ ਬਾਤ ਆ, ਬਹੁਤ ਬਈ ਖੁਸ਼ੀਆਂ ਮਨਾਈਆਂ ਜਾ ਰਹੀਆਂ। ਅੱਜ ਦਾ ਕਬੱਡੀ ਕੱਪ ਹਰਵਿੰਦਰ ਜੀ ਮੇਰਾ ਖਿਆਲ ਨਕੋਦਰ ਦੀ ਟੀਮ ਨੇ ਚੱਕ ਲਿਆ ਆ। ਵੀਰ ਜੀ ਕਰ ਦੋ ਪਿੱਛੇ, ਡਾਕਟਰ ਸਾਹਿਬ ਇੱਕ ਮਿੰਟ ਜੀ ਕਰ ਦੋ ਪਿੱਛੇ, ਜਿੰਨੇ ਵੀ ਦਰਸ਼ਕ ਇਹਨਾਂ ਨੂੰ ਪਿੱਛੇ ਕਰ ਦੋ ਮੇਰੇ ਵੀਰ। ਹਰਵਿੰਦਰ ਸਿੰਘ ਨਕੋਦਰ ਦੀ ਟੀਮ ਨੇ ਅੱਜ ਦਾ ਕਬੱਡੀ ਕੱਪ ਜਿੱਤ ਲਿਆ ਆ, ਤੇ ਜੋ ਪਿੰਡ ਲੈਵਲ ਸੀ ਉਹ ਉਸ ਬਾਰੇ ਵੀ ਥੋੜਾ ਦੱਸ ਦਿਓ ਕਿ ਉਹ ਕਿਸ ਨੇ ਟੀਮ ਨੇ ਚੱਕਿਆ ਆ। ਹੈਲੋ, ਤੇ ਜੋ ਪਿੰਡ ਲੈਵਲ ਦਾ ਫਾਈਨਲ ਮੁਕਾਬਲਾ ਸੀ ਉਹਦੇ ਵਿੱਚ ਆਲੋਵਾਲ ਜੇਤੂ ਬਣਿਆ ਅੱਜ ਦਾ।
जो आ मैच चल रहा है हरविंदर ए जो बेस्ट रेडर जरूर कढ़ना आ क्योंकि उन्होंने इनाम पिंड वाले दुल्ले ने 12 कबड्डिया पा के 11 पॉइंट हासिल किए हैं। वाह जी वाह। बगे पिंड वाले मंगी दे 4 जफे है सब तो वध इहदे विचों बेस्ट रेडर कढ़ना सी ओ वेस्ट रेडर बगिया का दुला वेस्ट पहला भी मोटरसाइकिल विजेता आ उन्हें मोटरसाइकिल जितया ही रणमीत लो जी सानू लिस्ट पहुंचा दिओ असीं इनामां दी वंड शुरू करनी है। रणमीत लो हौली हौली बहुत ही शानदार 75वां बाबा भाई खजान सिंह मेमोरियल टूरनामेंट जो कि हुणे समाप्त होया जस ले अपने खेड़ के आए उस स्टेज तो बल पासे साडे कोल पहुंच जाण क्योंकि हुण इनाम दिते जाने आ। 4-4 मैच खेड़ के खिडारी बहुत थक चुके आ। हेलो हेलो एक स्टॉप का 5000 जाद कोटली का सगा जाद कोटली 5000 रुपया एक बार ताड़िया मार दो जाद के वास्ते सदी चलो डॉक्टर साहब इन्होंने प्लेयर जिन्हें जिन्हें पैसे जाद कोटली का 5000 रुपया वीर जी बेनती है दर्शक वीर 7000 रुपया लग जाओ इतों सामने दी ना लंघो स्टेज दे वीरा पिछे हो जाओ एक बेनती है सारे दर्शक वीर ला भी जस वीर दुल्ले का 7000 रुपया बेस्ट रेटर जो अजा बनया दुल्ले वास्ते भी तारी मार दो मेरा वीर एक बार जोरदार अज दा वेस्ट रहा है दुल्ला 12 कबड्डियां पाके 11 पॉइंट हासिल किए हैं बगिया दे दुल्ले ने इतों अलावा देखना जरा शाहकोट वाली टीम बी 2000 रुपया उन्होंने जफिया का 4000 रुपया सी शाहकोट वाली टीम के 4000 रुपया जफिया का सगा वो अपने पैसे ले लैन। संदीप नंगल अंबिया ले भी दो बारी 200 रुपये के 4000 रुपया संदीप नंगल अंबिया का 200 रुपया एक बार 200 रुपया एक बार वह भी 400 रुपया अपना ले लैन। बुग्गा मलिया वाला उहदा 200 रुपया है तो संदीप नंगलंबिया का 700 रुपया है जी। बुग्गा मलिया वाला उहदा 200 रुपये का स्पेशल प्राइज है वह भी अपने ले लैन। रणबीर जी लिस्ट दिओ इस तो अलावा कोई भी कैश प्राइज नहीं सी पैसे आप बाकी कोल रखो जी। रणबीर जी लिस्ट दिओ सानू फर्स्ट प्राइज जो अज का कबड्डी कप 1,00,000 रुपये का नगद इनाम और नकोदर कबड्डी क्लब नूं जांदा आ। मैं नकोदर कबड्डी क्लब के कप्तान नूं बेनती करूंगा कि वह स्टेज पर आउण ते अज दा कप साडे मुख मेहमान कोलों लैण। नकोदर कबड्डी क्लब 1,00,000 दा इनाम नगद ते नाल लशका मार दा कप
ਜਿਹੜਾ ਮੁੰਡਾ ਮੁੰਡਾ ਸ਼ਾਹਕੋਟ ਦੀ ਟੀਮ ਜੋ ਇਸ ਕੱਪ ਦੀ ਉਪ ਵਿਜੇਤਾ ਬਣੀ ਆ ਉਹ ਵੀ ਟੀਮ ਆ ਜਾਵੇ। ਸ਼ਾਹਕੋਟ ਦੀ ਟੀਮ ਜਿਹਨੇ 75,000 ਰੁਪਈਆ ਤੇ ਨਾਲ ਕੱਪ ਚੱਕਿਆ ਆ, ਸੈਕਿੰਡ ਪਲੇਸ ਹਾਸਲ ਕੀਤੀ ਆ। ਫਸਟ ਸੈਕਿੰਡ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ, ਬੜੇ ਜ਼ੋਰ ਨਾਲ ਖੇਡੇ ਆ। ਉਹਦੇ ਵਿੱਚ ਵੀ ਪੂਰੇ ਪੰਜਾਬ ਦੇ ਸਟਾਰ ਖਿਡਾਰੀ ਸਨ। ਜੇ ਖਿਡਾਰੀਆਂ ਦੇ ਨਾਂ ਬੋਲਣੋਂ ਰਹਿ ਜਾਣ ਤਾਂ ਇਸ ਗੁਸਤਾਖੀ ਲਈ ਸਾਨੂੰ ਮਾਫ਼ ਕਰੀਓ, ਕਿਉਂਕਿ ਸਾਰੇ ਖਿਡਾਰੀ ਬਹੁਤ ਹੀ ਵੱਡੀ ਪੱਧਰ ਦੇ ਸਟਾਰ ਖਿਡਾਰੀ ਆ। ਹਰਵਿੰਦਰ ਮੇਰੇ ਕੋਲ ਆ ਜਾਈ ਪਲੀਜ਼। ਹਰਵਿੰਦਰ ਸਿੰਘ, ਹਰਵਿੰਦਰ ਇੱਕ ਮਾਈਕ ਲਿਆ ਨਾਲ ਹੀ। ਕਬੱਡੀ ਆਲ ਓਪਨ ਦਾ ਅੱਜ ਜੋ ਵਿਜੇਤਾ ਬਣੇ ਆ ਉਹ ਆਲੋਵਾਲ ਦੀ ਟੀਮ ਆ। ਕਬੱਡੀ ਆਲ ਓਪਨ ਦੀ ਜੋ ਵਿਜੇਤਾ ਉਹ ਆਲੋਵਾਲ ਦੀ ਟੀਮ ਬਣੀ ਆ। ਮੈਂ ਆਲੋਵਾਲ ਦੇ ਖਿਡਾਰੀਆਂ ਨੂੰ ਬੇਨਤੀ ਕਰੂੰਗਾ, ਕਬੱਡੀ ਆਲੋਵਾਲ ਦੀ ਟੀਮ ਜੇਤੂ ਬਣੀ ਆ ਤੇ ਬੱਗੇ ਪਿੰਡ ਦੀ ਟੀਮ ਉਪ ਜੇਤੂ ਬਣੀ ਆ ਕਬੱਡੀ ਆਲ ਓਪਨ ਦੀ, ਉਹ ਵੀ ਆ ਜਾਣ। ਬੱਗਾ ਪਿੰਡ ਜਿੱਥੋਂ ਪੰਜਾਬ ਦੇ ਸਭ ਤੋਂ ਵੱਧ ਸਟਾਰ ਖਿਡਾਰੀ ਪੈਦਾ ਹੋਏ ਆ, ਪਰ ਮੰਗੀ ਵੀਰ ਨੇ ਅੱਜ ਉਹ ਮੈਚ ਨਹੀਂ ਪਿੰਡ ਲੈਵਲ ਦਾ ਦਿਖਾਇਆ। ਮੇਰਾ ਖਿਆਲ ਆਪਣੀ ਐਨਰਜੀ ਨੂੰ ਬਚਾ ਕੇ ਰੱਖਣਾ ਚਾਹੁੰਦੇ ਸੀਗੇ ਕਿ ਉਹਨੇ ਕਲੱਬਾਂ ਦੇ ਮੈਚ ਵੀ ਲਾਉਣੇ ਆ। ਬਹੁਤ ਹੀ ਵਧੀਆ ਮੈਚ ਅੱਜ ਹੋਏ ਆ। ਜਿੱਥੋਂ ਤੱਕ ਮੈਂ ਜਾਣਦਾ ਬੱਗੇ ਪਿੰਡ ਦੀ ਟੀਮ ਦਾ, ਲਾਗੇ ਤਾਗੇ ਪਿੰਡਾਂ ਵਿੱਚ ਕੋਈ ਹੋਰ ਟੀਮ ਸਾਨੀ ਨਹੀਂ, ਪਰ ਕਈ ਵਾਰੀ ਇੱਦਾਂ ਹੁੰਦੀ ਕਿ ਸਟਾਰ ਖਿਡਾਰੀਆਂ ਦੇ ਉਹਦੇ ਵਿੱਚ ਨਾ ਸ਼ਿਰਕਤ ਕਰਨ ਨਾਲ। ਬੈਸਟ ਰੇਡਰ ਵੀ ਜਿਹਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ, ਬੈਸਟ ਰੇਡਰ ਰਵੀ ਆਲੋਵਾਲ ਢੇਰੀਆਂ, ਮੋਟਰਸਾਈਕਲ ਨਾਲ ਉਹਨੂੰ ਵੀ ਸਨਮਾਨਿਤ ਕੀਤਾ ਜਾਣਾ ਆ। ਸਾਡਾ ਪਾਲੀ ਵੀਰ ਮੋਟਰਸਾਈਕਲ ਉਡਾਈ ਲੈਂਦਾ, ਧੂੜਾਂ ਪੱਟੀ ਆਉਂਦਾ ਇੱਧਰ ਨੂੰ ਸਟੇਜ ਵੱਲ ਨੂੰ। ਪਾਲੀ ਸਪੀਡ ਕਿਹੜੀ ਤੇ ਆ ਰਿਹਾ, ਆ ਜਾਓ ਜੀ ਮੋਟਰਸਾਈਕਲ ਨਾਲ ਸਨਮਾਨ ਕੀਤੇ ਜਾਣੇ ਆ। ਵੈਸਟ ਜਾਪੀ ਦੀਸ਼ਾ ਆਲੋਵਾਲ ਟੇਰੀਆਂ ਤੇ ਬੈਸਟ ਰੇਡਰ ਰਵੀ ਆਲੋਵਾਲ ਟੇਰੀਆਂ ਆ ਜਾਣ ਦੋਨੋਂ, ਰਵੀ ਤੇ ਦੀਸ਼ਾ, ਰਵੀ ਤੇ ਦੀਸ਼ਾ ਅੱਜ ਦੇ ਮੋਟਰਸਾਈਕਲ ਦੇ ਵਿਜੇਤਾ ਰਹੇ ਆ ਪਿੰਡ ਪੱਧਰ ਦੇ ਮੈਚ ਦੇ ਵਿੱਚੋਂ। ਇੱਕ ਵਾਰ ਤਾਰੀਆਂ ਮਾਰ ਦੋਵਾਂ ਪਲੇਅਰਾਂ ਦੇ ਵਾਸਤੇ, ਸਿਰਾ ਮੈਚ ਆ, ਫਾਈਨਲ ਮੈਚ ਵੀ ਤਕੜਾ ਹੋਇਆ। ਲਓ ਰਵੀ ਆਲੋਵਾਲ ਤੇ ਦੀਸ਼ਾ ਆਲੋਵਾਲ ਆ, ਵੈਸਟ ਰੇਡਰ ਤੇ ਵੈਸਟ ਜਾਪੀ ਨੂੰ ਮੋਟਰਸਾਈਕਲ ਆ। ਯਾਦਗਾਰੀ ਫੋਟੋ ਲਈ ਜਾ ਰਹੀ ਆ, ਆ ਜਾਓ ਬਈ ਬੈਸਟ ਸਟੋਪਰ, ਉਹਨੂੰ ਵੀ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਣਾ। ਦੀਸ਼ਾ ਆਲੋਵਾਲ ਢੇਰੀਆਂ, ਆਹੀ ਚਾਬੀ ਦੇ ਦਿਓ ਖਚਵਾਲਾ ਵੀਰੇ, ਯਾਦਗਾਰੀ ਫੋਟੋ। ਸਮਾਂ ਲੰਘ ਜਾਣ ਤੋਂ ਬਾਅਦ ਇਹ ਫੋਟੋਆਂ ਤੁਹਾਨੂੰ ਯਾਦ ਦਿਲਾਉਂਦੀਆਂ ਕਿ ਤੁਹਾਡਾ ਜੋ ਬੀਤਿਆ ਸਮਾਂ ਆ, ਜੋ ਗੋਲਡਨ ਸਮਾਂ ਆ, ਉਹ ਕਿਹੋ ਜਿਹਾ ਸੀ।
इस तो अगे जो साडे पिंड दे दानी वीर आ एन आर आई वीर आ जिन्हां दी बदौलत ये कबड्डी कप इन्हां बुलंदियां नूं छूंदा आ। मैं उन्हां वीरां दे नाल आऊंगा, वह आपो अपने प्राइज लैण। मिंदर सिंह, मेजर सिंह, संधु, परमजीत बागा न्यूजीलैंड वाले, इन्हां दा 80,000 रुपये का योगदान रहा आ। यह अपना प्राइज लैण। मिंदर सिंह, मेजर सिंह, संधु। इस तो अगला बलबीर सिंह, शिकारा सिंह, संधु होलैंड वाले। अगला जो सम्मान है बलवीर सिंह संधु, बलदेव सिंह संधु, निर्मल सिंह संधु, तो धन्यवाद है प्रदीप संधु वीर होना दा नाल तलविंदर संधु इन्हां वीरां दा अगला जो सम्मान है। सो धन्यवाद मान योग सत्कार योग इन्हां तिन्हां ही वीरां दा, नाल ही प्रदीप संधु ते तलविंदर संधु वीर दा भी धन्यवाद है जिन्हां वल्लों 55,000 दे वड्डे योगदान आए है। जो अगला सम्मान जसवीर सिंह संधु, मुख्तियार सिंह संधु जिन्हां दा 50,000 दा योगदान इस खेड मेले वास्ते रहा, वह भी अपना सम्मान चिन्ह लैण। इस तो अगला मिंदर सिंह संधु, प्रधान गुरद्वारा प्रबंधक कमेटी सन ऑफ सचेत सिंह साबी जूके वाला, इस परिवार का भी 50,000 का योगदान है इस खेड मेले वास्ते। अगला नाम सगड़ ब्रदर्स, भजन सिंह सगड़, चरण सिंह सगड़ ते पूरा सगड़ परिवार, उन्हों का 40,000 का योगदान है। इस तो अगला अमरीक सिंह संधु, हरजसदीप सिंह संधु कनेडा वाले, अमरीक सिंह संधु, हरजसदीप सिंह संधु, हरविंदर सिंह, हरविंदर प्लीज इतने मेरे को आ जी। इस तो अगला जोगिंदर सिंह संधु, अमरीक सिंह, हरजसदीप सिंह संधु कनेडा वाले, इस तो अगला जोगिंदर सिंह, बलविंदर सिंह संधु यूके वाले, जोगिंदर सिंह, बलविंदर सिंह संधु यूके वाले। इस तो अगला एस जी के संघा ब्रदर्स यूके वाले, एस जी के संघा ब्रदर्स यूके वाले। इस तो अगला मेजर सिंह, अजीत सिंह संधु होलैंड वाले, 25,000 का इन्हों का योगदान रहा इस खेड मेले वास्ते। मेजर सिंह, अजीत सिंह संधु होलैंड वाले। उस तो अगला सरबजीत सिंह, तरलोक सिंह संधु यूके वाले, 21,000 रुपये का योगदान रहा इन्हों का इस खेड मेले। सरबजीत सिंह, तरलोक सिंह। सरबजीत सिंह, तरलोक सिंह यूके वाले। इस तो अगला अवतार सिंह ढिल्लो ग्रैया वाले, इन्हों का 15,000 रुपये का योगदान इस खेड मेले वास्ते रहा। अवतार सिंह ढिल्लो ग्रैया वाले। इस तो अगला
इंद्रजीत सिंह गुरप्रीत सिंह संधू यूके वाले इंद्रजीत सिंह गुरप्रीत सिंह यूके रणवीर अगली लिस्ट मैं कट के दी अगली लिस्ट कट के दे अगली इधर ही बरका पेज खत्म हो गया दूआ पेज दे यही है इस तो अगला निर्मल सिंह सिद्धू सन ऑफ किशन सिंह सिद्धू 11,000 का उन्होंने योगदान रहा इस खेड मेले निर्मल सिंह सिद्धू किशन सिंह सिद्धू इस तो अगला बलबीर सिंह सिद्धू स्वर्गीय किशन सिंह सिद्धू इन्हों का 11,000 का योगदान रहा इस खेड मेले बलवीर सिंह सिद्धू किशन सिंह सिद्धू इस तो अगला हरप्रीत सिंह सिद्धू मनप्रीत सिंह सिद्धू यूके वाले इन्हों का भी 11,000 का योगदान रहा इस खेड मेले हरप्रीत सिंह मनप्रीत सिंह सिद्धू यूके वाले इस तो अगला स्वर्गीय ज्ञान सिंह मुहिम स्वर्गीय ज्ञान सिंह मुहिम स्वर्गीय ज्ञान सिंह मुहिम ज्ञान सिंह महेम इस तो अगला अमरजीत सिंह सानो गुरबचन सिंह संधू मूहवाल वाले ज्ञान सिंह महेम अमरजीत सिंह सानो गुरबचन सिंह संधू मूहवाल वाले उस तो अगला कुलवंत सिंह सानफ जगदार सिंह संधू कैनेडा मूहवाल वाले जसवीर सिंह संधू जर्मन वाले साडा शीरा औल कवीरा सो उहदा सन्मान है उस तो अगे किशन ते बिशन किशन सिंह ते बिशन सिंह महेमा आ जाओ जी किशन सिंह ते बिशन सिंह महेमा पहले शीरा औलक शीरे औलक दे डैडी जी पुजे है सो वह सन्मान जन हासिल करना उस तो बाद किशन ते बिशन किशन सिंह ते बिशन सिंह महेमा उस तो अगला सन्मान संदीप सिंह संधू राजेंद्र सिंह संधू यूएसए आओ जी 11,000 रुपये के योगदान ने संदीप सिंह संधू राजेंद्र सिंह संधू यूएसए आके सम्मान जन हासिल करो उस तो बाद राजविंदर सिंह बलजिंदर सिंह संधू संदीप सिंह संधू राजेंद्र सिंह संधू यूएसए आओ वीर जी सम्मान जन हासिल करो आके उस तो अगे राजविंदर ते बलजिंदर संधू इन्हां वल्लों भी 11,000 दे योगदान आए आओ बलजिंदर वीरा आके सन्मान जन हासिल करो गुरदीप सिंह अठवाल सन ऑफ नगेंद्र सिंह अठवाल चुके राजविंदर गुरदीप सिंह अठवाल उस तो अगला सन्मान आ जाओ जी गुरदीप सिंह अठवाल उन्हों का कोई परिवारिक मैंबर जी मेरी आवाज़ में सुनता हो नहीं तो जो सन्मान रह जाएंगे असं घर पहुँचावे सन्मान परमिंदर सिंह दलजीत सिंह संधू परमिंदर सिंह लाडी वीर बेनती है आके अपना सन्मान जन हासिल करे उस तो दलवीर सिंह सन ऑफ रेशम सिंह संधू कनेडा वाले दलवीर सिंह उन्हों का कोई परिवारिक मैंबर आ जाओ तीर्थ सन्मान चिन्ह हासिल करो वी, वी,
लाडी वीर कितने है लाडी इंद्रजीत का लाडी जो मेरी आवाज नहीं सुनता हो घर पहुंचा देंगे जी रख लो वीर जी ढिलो साहब घर पहुंचा देंगे उस तो हरबंस सिंह संधु हरभजन सिंह संधु कनेडा हरबंस सिंह संधु हरभजन सिंह संधु कनेडा आ गया अपना सरपंच हासिल कर जी आ जाए पम्मे वीर उस तो अगे पारस सिंह अठवाल कनेडा पारस सिंह कनेडा उस तो अगे मोहन सिंह संधु सानो प्रताप सिंह संधु पारस सिंह ठीक है जी ठीक है पारस सिंह उन्हों का कोई आओ भी जी सम्मान चिन्ह हासिल करो आके पारस सिंह अठवाल उस तो अगला जो सम्मान है नाल नो सम्मान कटी जाओ जी हरमेल सिंह महेम कनेडा उन्हों का कोई परिवारिक मैंबर हरमेल सिंह महेम कनेडा उस तो अगे गुरचरण सिंह सिद्धू सानव बिशन सिंह सिद्धू यूएसए आओ जी को परिवारक मैंबर ने टिक मार कर लो टिक मार कर लो उन्होंने आप घर पहुँचावे सम्मान उस तो अगे बूटा सिंह पैरा सिंह संधु जे रह जाएंगे सम्मान असं घर पहुँचावे बूटा सिंह पैरा सिंह संधु अगला जो सम्मान शिंगारा सिंह संधु सनो बख्शीश सिंह संधु शिंगारा सिंह जी आओ तुहाडा सम्मान आ जसवंत सिंह रणजीत सिंह भोगल पिटू वाटा वीर है जो आवाज नूं सुण दावे जसवंत सिंह ढिलो साहब कढो जसवंत सिंह रणजीत सिंह भोगल हाँ बस जसवीर थोड़ा ही सम्मान है बस बाद में हरदीप सिंह बस दो चार मिनट हो रहा है सुखविंदर सिंह तूर कनेडा जेको उन्होंने परिवारिक मैंबर है तो ठीक है नहीं तो अभी घर पहुँचावे सम्मान ठीक है जी ठीक है जी ठीक है जी ठीक है कुलदीप सिंह सिद्धू सरपंच उन्होंने बेनती आके सम्मान चिन्ह हासिल कर जी कुलदीप सिंह सिद्धू सरपंच जस